ਜਹਾਂਗੀਰ ਮਹਿਲ ਇਹ ਆ ਗਿਆ ਇੱਧਰ ਜਹਾਂਗੀਰ ਮਹਿਲ ਜੀ ਹੁਣ ਆਪਾਂ ਅੰਦਰ ਚੱਲ ਕੇ ਦੇਖਦੇ ਹਾਂ ਜਹਾਂਗੀਰ ਮਹਿਲ ਵਿੱਚ ਜਿਹੜੀਆਂ ਇਹ ਦੀਵਾਰਾਂ ਨੇ ਜੀ ਇੰਨੀ ਚੌੜਾਈ ਆ ਉੱਪਰੋਂ ਇਹਨਾਂ ਦੇ ਵਿੱਚ ਪਾਣੀ ਭਰਿਆ ਜਾਂਦਾ ਤੇ ਠੰਡੀਆਂ ਰਹਿੰਦੀਆਂ ਨੇ ਹਾਂ ਘੋੜੇ ਆਤੇ ਉਨਕੇ ਪੈਰੋਂ ਮੇ ਲੋਹੇ ਕੀ ਨਾ ਲੋਟਦੇ ਟਕ 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 ਮਾਲੂਮ ਹੋਤਾ ਥਾ ਸਮਰਾਟ ਆ ਰਹਾ ਹਾਂ ਆਵਾਜ਼ ਹੋ ਰਹੀ ਹੈ ਮੇਰਾ ਫੋਟੋ ਨਹੀਂ ਲੈਗੇ ਇਹਨੇ ਕਲੈਪ ਕਰਿਓ ਅਨਸਟੈਂਡ ਕਿ ਨਾਲੀਓਂ ਸੇ ਗਰਮ ਪਾਣੀ ਗਰਮ ਤੇਲ ਦੁਸ਼ਮਨ ਕੇ ਸਵਾਗਤ ਕੇ ਲਈ ਅਭੀ ਆਪ ਲੋਗ ਰੁਕ ਜਾਓ ਲਓ ਜੀ ਆਪਾਂ ਐਂਟਰ ਹੋ ਗਏ ਇਹ ਵਾਲੀ ਚੜਾਈ ਸਾਰੀ ਇਦਾਂ ਬਣਾਈ ਗਈ ਆ ਵੀ ਉਸ ਟਾਈਮ ਜੇ ਅਗਰ ਕੋਈ ਹਮਲਾ ਕਰਦਾ ਸੀ ਮਹਿਲ ਦੇ ਉੱਪਰ ਤਾਂ ਘੋੜਿਆਂ ਦੀ ਆਵਾਜ਼ ਇੱਥੇ ਰਿਪੀਟ ਹੁੰਦੀ ਹੈ ਜਿੱਦਾਂ ਤਾਜ ਮਹਿਲ ਦੇ ਵਿੱਚ ਆਉਂਦੀ ਸੀ ਵਾਇਸ ਤੇ ਫਿਰ ਉੱਪਰੋਂ ਹਮਲਾ ਕੀਤਾ ਜਾਂਦਾ ਸੀ ਪੱਥਰ ਵਗੈਰਾ ਨੀਚੇ ਸਿੱਟੇ ਜਾਂਦੇ ਸੀਗੇ ਓਕੇ ਜਿਹੜੀਆਂ ਹੋਲਸ ਦਿੱਤੀਆਂ ਹੋਈਆਂ ਨੇ ਆਲੇ ਦੁਆਲੇ ਇਹਨਾਂ ਦੇ ਵਿੱਚੋਂ ਗਰਮ ਪਾਣੀ ਗਰਮ ਤੇਲ ਸਾਰਾ ਉਹ ਬਹਾਇਆ ਜਾਂਦਾ ਸੀਗਾ ਤਾਂ ਕਿ ਉੱਪਰ ਨਾ ਚੜ ਸਕਣ ਮਹਿਲ ਵੱਲ ਨਾ ਆ ਸਕਣ ਦਿਮਾਗ ਤਾਂ ਬਹੁਤ ਲਾਇਆ ਸੀ ਓਕੇ ਇੱਧਰ ਇੰਡੀਅਨ ਆਰਮੀ ਦਾ ਕੈਂਪ ਆ ਬਈ ਜਹਾਂਗੀਰ ਦਾ ਇਸ਼ਨਾਨ ਕੁੰਡ ਹੈ ਸਰ ਇਹ ਇਸ਼ਨਾਨ ਕੰਪਲੀਟ ਹੈ ਕੋਈ ਵੀ ਜੁਆਇਨ ਨਹੀਂ ਹੈ ਸਰ ਇਸਦਾ ਵਜ਼ਨ ਹੈ ਸਰ 3000 ਕਿਲੋ ਵਜ਼ਨ ਕਿੰਨਾ 3000 ਕਿਲੋ ਵਜ਼ਨ ਓਕੇ ਤਾਂ ਵੇਟ ਇਸ 3 ਟਨ ਕੋਈ ਜੋੜ ਨਹੀਂ ਇਹਦੇ ਵਿੱਚ ਹੈ ਕੋਈ ਵੀ ਜੋੜ ਨਹੀਂ ਬੜਾ ਪੱਥਰ ਹੁੰਦਾ ਮੈਡਮ ਤੁਸੀਂ ਤਰਾਸ ਕੇ ਬਣਾਇਆ ਹਾਂ 3000 ਕਿਲੋ 3 ਟਨ ਜਹਾਂਗੀਰ ਦਾ ਇਸ਼ਨਾਨ ਕੁੰਡ ਫਾਰਮਿੰਗ ਗੋਲਡ ਪਲੇਟਿਡ ਸਾਰਾ ਗੋਲਡ ਇਸ ਬ੍ਰਿਟਿਸ਼ ਟਾਈਮ ਮੇਂ ਗੋਲਡ ਕੋ ਕੈਪਚਰ ਕਰ ਲਿਆ ਗੁਲਾਬ ਕੇ ਪਾਣੀ ਸੇ ਇਸ਼ਨਾਨ ਕਰਾਇਆ ਪੱਤੀ ਤੋਂ ਕੋਈ ਜੁਆਇੰਟ ਨਹੀਂ ਹੈਗਾ ਇਸ ਦੇ ਵਿੱਚ ਲਓ ਜੀ ਇਹ ਹੈਗਾ ਜਹਾਂਗੀਰ ਮਹਿਲ ਤੇ ਆਪਾਂ ਐਂਟਰ ਹੋਣ ਲੱਗੇ ਇੱਧਰ ਦੀ ਚਲੋ ਜੀ ਲਓ ਜੀ ਮਹਿਲ ਐਂਟਰ ਹੁੰਦੇ ਸਾਰ ਡਰਮ ਹਾਊਸ ਹੈ ਇਸ ਦੇ ਵਿੱਚ ਵੀ ਆਵਾਜ਼ ਹੈ ਜਿਹੜੀ ਉਹ ਪੈਕ ਹੁੰਦੀ ਸੀ ਤੇ ਇੱਥੇ ਆਉਂਦੇ ਸਾਰ ਮਤਲਬ ਅੰਦਰ ਰਹਿੰਦੇ ਲੋਕਾਂ ਨੂੰ ਪਤਾ ਲੱਗ ਜਾਂਦਾ ਹੁੰਦਾ ਸੀ ਕਿ ਮਹਾਰਾਜ ਅੰਦਰ ਆ ਚੁੱਕੇ ਨੇ ਇਹ ਰੰਗ ਮਹਿਲ ਹੈ ਸਰ ਇਹ ਮਹਾਰਾਣੀ ਕੇ ਲਈ ਵਿੰਡੋ ਸੇ ਪ੍ਰੋਗਰਾਮ ਦੇਖਣ ਕੇ ਲਈ ਪੁਰਾਣੇ ਪ੍ਰੋਗਰਾਮ ਦੇਖ ਲਈ ਔਰ ਇਹ ਜਗ੍ਹਾ ਨਾਚ ਜਾਣਾ ਹੁੰਦਾ ਸਰ ਅੱਜ ਔਰ ਇਹ ਸਰ ਜਹਾਂਗੀਰ ਦਾ ਸਲੀਪਿੰਗ ਰੂਮ ਹੈ ਉਸ ਸਮੇਂ ਦੋ ਮੇ ਜੋ ਕਿ ਪਰਫਾਰਮ ਕਰ ਰਿਹਾ ਸਾਹਮਣੇ ਦੇ ਕੇ ਡੈਡੀ ਰੂਮ ਹੈ ਔਰ ਇਹ ਜਗ੍ਹਾ ਸਰ ਮੰਦਿਰ ਸਾਹਿਬ ਦੇ ਵਿਸਥਾਨ ਪੂਜਾ ਮੰਦਿਰ ਦਾ ਜੋਦਾ ਬਾਈ ਇੱਕ ਹਿੰਦੂ ਜਾਣੀ ਕਿ ਕਲਿੰਗਰਾ ਨਹੀਂ ਮਾਨ ਰਹੇ ਪ੍ਰਾਰਥਨਾ ਰੂਮ ਹੈ ਔਰ ਇਹ ਸਭ ਵਰਕ ਲਿਖ ਰਹੇ ਹੈ ਇਹ ਸਭ ਹੈਂਡ ਵਰਕਿੰਗ ਵਰਕ ਹੈ ਇਸ ਕੋ ਰਾਜਸਥਾਨੀ ਪੈਟਰਨ ਵੀ ਕਹਿ ਸਕਦੇ ਹੈ ਰਾਜਸਥਾਨੀ ਸ਼ੈਲੀ ਹੈ ਔਰ ਜਬ ਘਰ ਕੇ ਅੰਦਰ ਕੋਈ ਸ਼ਾਦੀ ਫੰਕਸ਼ਨ ਹੁੰਦਾ ਹੈ ਤਾਂ ਨਿੱਤੇ ਹੁਆ ਕਰਤਾ ਥਾ ਝਰੋਕੋ ਮੇਂ ਮਹਾਰਾਣੀ ਮਹਾਰਾਜਾ ਉੱਪਰ ਸੇ ਇਸੇ ਹਮ ਰੰਗ ਮਹਿਲ ਕਹਿੰਦੇ ਠੀਕ ਹੈ
ਫੋਟੋ ਲੈ ਲਓ ਦੋਸਤਾਂ ਨਾਲ। ਇਹ ਹੈਗਾ ਜੀ ਜਹਾਂਗੀਰ ਦਾ ਸਟੱਡੀ ਰੂਮ। ਪੜ੍ਹੇ ਲਿਖੇ ਨਹੀਂ ਥੇ, ਬੁੱਧੀਮਾਨ ਥੇ, ਉਹਨਾਂ ਨੇ ਆਪਣੇ ਵੇਲੇ ਸਟੱਡੀ ਰੂਮ ਕੋ ਸੂਟ ਸੇ ਪੜ੍ਹਾਇਆ। ਠੀਕ ਹੈ ਸਰ, ਅਬ ਆਪਕੋ ਦਿਖਾਉਂਗੇ ਨੈਚੁਰਲ ਏ ਸੀ ਠੰਡਾ। ਖਾਣਾ ਬਣਦਾ ਥਾ ਬਣ ਕੇ ਇਧਰ ਆਪਣੇ ਡਿਫਰੈਂਟ ਡਿਫਰੈਂਟ ਰੂਮਸ ਬਣੇ, ਉਸ ਹਿਸਾਬ ਸੇ ਖਾਣਾ ਤਿਆਰ। ਭੰਡਾਰ ਘਰ ਜਿੱਥੇ ਉਹ ਅਨਾਜ ਰੱਖਦੇ ਸੀ। ਕਿਆ ਇਹ ਏਅਰ ਕੰਡੀਸ਼ਨ ਰੂਮ ਹੈ, ਗੈਸਟ ਹਾਊਸ ਹੈ? ਇਹ ਗੈਸਟ ਹਾਊਸ ਹੈ ਵੀ, ਏਸੀ ਰੂਮ, ਏਅਰ ਕੰਡੀਸ਼ਨਰ। ਜਬ ਹਮ ਪਾਣੀ ਵਰਤੇ ਹੈ ਤੋ ਯੇ ਦੀਵਾਰੇ ਕਈ ਮੀਟਰ ਠੰਡੀ ਰਹਿਤੀ ਹੈ। ਓਕੇ, ਇਨ ਦੀਵਾਰੋਂ ਕੇ ਬੀਚ ਮੇਂ ਗੈਪ ਹੋਤਾ ਹੈ, ਟੈਂਕੀ ਉੱਪਰ ਹੈ, ਉਸ ਉੱਪਰ ਪਾਣੀ ਡਾਲਤੇ ਹੈ। ਦੀਵਾਰੇ ਬਣੇ ਸੀ, ਦੀਵਾਰ ਠੰਡੀ ਰਹਿਤੀ ਹੈ, ਗਰਮੀ ਮੇਂ ਸਾਦਾ ਪਾਣੀ, ਸਰਦੀ ਮੇਂ ਗਰਮ ਪਾਣੀ। ਇਸ ਸਮਕੂਲ ਕਹਤੇ ਹੈ ਏਅਰ ਕੰਡੀਸ਼ਨਰ। ਇਹਦੇ ਵਿੱਚ ਇਹ ਹੈਗੀ ਹੈ ਜੀ ਮਹਿਲ ਦੀ ਬਾਲਕਨੀ, ਮਤਲਬ ਉਸ ਟਾਈਮ ਇਸਤਰੀਆਂ ਨੂੰ ਬਾਹਰ ਜਾਣ ਦੀ ਮਨਾਹੀ ਸੀਗੀ, ਤਾਂ ਉਹ ਇੱਥੇ ਹੀ ਟਹਿਰ ਕੇ ਆਪਣਾ ਸਾਰਾ ਇੱਧਰ ਬਾਹਰ ਦਾ ਨਜ਼ਾਰਾ ਦੇਖਦੀ ਸੀ, ਸਭ ਦੇਖ ਰਹੀਆਂ ਸੀ। ਇਹ ਹਰ ਬਾਰਡਰ ਮੇਂ ਬਾਰਡਰ ਸੁਰੱਖਿਆ ਹੋਤੀ ਹੈ, ਐਸੇ ਕਿਲੇ ਕੋਈ ਘੜ ਬੋਲਦੇ, ਕਿਲੇ ਕੀ ਸੁਰੱਖਿਆ ਕਰਦੀ ਹੈ। ਬੈਕ ਸਾਈਡ ਇਜ਼ ਨਦੀ ਹੈ, ਯਮੁਨਾ ਕਾ ਕਿਨਾਰਾ, ਪਹਿਲੇ ਨਦੀ ਹਮਾਰੇ ਕਿਲੇ ਸੇ ਕਨੈਕਟਡ ਥੀ, ਅਬ ਨਦੀ ਦੂਰ ਗਈ ਹੈ। ਤਾਜ ਮਹਿਲ ਹੈ, ਯੇ ਸਭ ਨਿਊ ਹੈ, ਨਦੀ ਨਦੀ ਕਾ ਸਾਈਡ ਵਿਊ ਹੈ ਯੇ। ਠੀਕ ਹੈ ਸਰ, ਆਪ ਤਾਜ ਜਾਤੇ ਤੋ ਪੀਛੇ ਨਦੀ ਹੈ, ਕਿਲੇ ਕੇ ਪੀਛੇ ਵੀ ਯਮੁਨਾ ਨਦੀ ਹੈ, ਯਮੁਨਾ ਹਮਾਰਾ ਕੈਲ ਟਾਈਮ ਮੇਂ ਬਹਿ ਰਹਾ ਹੈ। ਵਾਈਟ ਸਟੋਨ ਚਾਲੂ, ਇਸ ਸ਼ਾਹਜਹਾਂ ਕੀ ਬੇਟੀ ਕਾ ਰੂਮ ਹੈ, ਇਨਕਾ ਨਾਮ ਰੋਸ਼ਨਾਰਾ। ਅਬ ਡਬਲ ਡਬਲ ਕੈਮਰਾ, ਇੱਕ ਆਗੇ ਸ਼ਾਹਜਹਾਂ ਇਸ ਡਾਟਰ ਰੂਮ, ਇਸ ਕੋ ਪਾਲਕੀ ਸਟਾਈਲ ਬਣਾਇਆ, ਪੱਲੇ ਕੀ ਸਮਝਤੇ ਹੋ ਡੋਲੀ? ਹਾਂ ਹਾਂ ਹਾਂ, ਅੱਛਾ ਡੋਲੀ ਦੇ ਸਟਾਈਲ ਦਾ ਬਣਾਇਆ ਸੀ ਸ਼ਾਹ। ਹਾਂ, ਸ਼ਾਹਜਹਾਂ ਦੀ ਬੇਟੀ ਦਾ ਰੂਮ, ਰਾਜਾਓਂ ਕੀ ਜੋ ਬੇਟੀਆਂ ਥੀ ਸਰ, ਉਨਕੋ ਪਾਲਕੀ ਸਟਾਈਲ ਰੂਮ ਦੇ ਦਿਆ ਥਾ, ਔਰ ਉਨਕੋ ਪਰਦੋਂ ਕੇ ਦੁਆਰਾ ਰੱਖਾ ਜਾਤਾ ਥਾ, ਬੇਟੀਆਂ ਰਹਿਤੀ ਥੀ ਸਾਈਡ ਮੇਂ, ਉਨਕੀ ਸਰਵੈਂਟਸ ਰਹਾ ਕਰਤੀ ਥੀ, ਉਨਕੀ ਸੁਰੱਖਿਆ। ਔਰ ਯੇ ਜਾਲੀ ਹੈ ਨਾ ਸਰ, ਸਿੰਗਲ ਮਾਸ ਹੈ, ਜਾਲੀ ਸੇ ਹਵਾ ਆਨੀ ਹੈ। ਖਾਣਾ ਹੈ ਰੋਸ਼ਨ ਮੇਮ ਜਾਂ ਆ ਰਹਾ ਹੈ, ਦੋਨੋਂ ਕਾ ਸੇਮ ਪਾਲਕੀ ਪੈਟਰਨ ਸਟਾਈਲ ਰੂਮ ਹੈ। ਸ਼ਾਹਜਹਾਂ ਮੁਮਤਾਜ ਕਾ ਮਾਸਟਰ ਰੂਮ ਹੈ, ਇਸਕਾ ਨਾਮ ਖਾਸ ਮਹਿਲ ਹੈ। ਵਨ ਟੂ ਥ੍ਰੀ ਪੀਸਿਸ ਏਅਰ ਆਤਾ ਹੈ, ਇਹ ਸਟੋਨ ਜੋ ਹੈ ਸਮਾਲ ਹੈ, ਉਸਮੇ ਸਨਲਾਈਟ ਆਨੇ ਸੇ ਟ੍ਰਾਂਸਫਰ ਹੋਤਾ ਹੈ। ਦੋਨੋਂ ਰੂਮ ਮੇਂ ਡਾਇਮੰਡ ਕਾ ਨੀਚੇ ਕੈਂਡਲ ਰੱਖਣੇ ਸੇ ਡਾਇਮੰਡ ਗਲੋ, ਔਰ ਇਸਕੇ ਬੀਚ ਮੇਂ ਦੇਖ ਰਹੇ ਹੋ ਮੈਡਮ, ਪੀਲਾ ਪੀਲਾ ਓਰਿਜਿਨਲ ਗੋਲਡ ਹੈ, ਇਸਕੇ ਬੀਚ ਮੇਂ ਕੱਪੜੇ ਕੇ ਪੰਖੇ ਹੋਤੇ ਹੈ, ਤਾਂ ਸਭ ਕੋ ਖਿੱਚ ਕੇ ਚਲਾ ਦੋ। ਸ਼ਾਹਜਹਾਂ ਕਾ ਮਾਸਟਰ ਰੂਮ ਕਹਿ ਕੇ ਗਾਰਡਨ ਮੇਂ ਮੋਟਰ
ਲਓ ਜੀ ਇੱਧਰ ਸੀਗਾ ਅੰਗੂਰਾਂ ਦਾ ਬਾਗ, ਮਤਲਬ ਅੰਗੂਰੀ ਮਹਿਲ ਬਣਾਇਆ ਹੋਇਆ ਇਹਨੂੰ। ਅਤੇ ਜਿਹੜਾ ਆਪਾਂ ਹੁਣ ਇਹ ਦੇਖਿਆ ਇਹ ਸ਼ਾਹਜਹਾਂ ਅਤੇ ਮੁਮਤਾਜ਼ ਦਾ ਮਾਸਟਰ ਰੂਮ ਸੀਗਾ, ਅਤੇ ਇਹਦੇ ਸਾਹਮਣੇ ਬਿਲਕੁਲ ਅੰਗੂਰੀ ਬਾਗ ਸੀਗਾ ਇਹ। ਆਪ ਲੋਕ ਦੇਖ ਰਹੇ ਅੰਗੂਰੀ ਗਾਰਡਨ ਦਾ, ਅੰਗੂਰ ਸੈਂਟਰ ਮੇ ਗੁਲਾਬ ਪਾਣੀ ਕਾ ਫਾਉਂਟੇਨ ਦਾ ਰੂਮ ਕੇ ਲਈ, ਔਰ ਇਹ ਸਾਜਾ ਕੇ ਸਮੇਂ ਉਨਕੀ ਕਾਮ ਕਰਨੇ ਵਾਲੀ ਸਰਦਾਰਸ਼ੀਆਂ ਦੀ ਇਹ ਜਗ੍ਹਾ ਰੂਮ ਮੇ ਖਾਸ ਮਹਿਲ ਹੈ। ਤਾਜ ਮਹਿਲ ਦੇ ਮਕਬਰਾ ਹੈ ਮੇਰਾ, ਇਹ ਉਨਕਾ ਬੈਠ ਔਰ ਇਨਕੇ ਰੂਮ ਕੇ ਸਾਹਮਣੇ ਜੋ ਆਰਚ ਬਣੇ ਹੈ ਯਹਾਂ ਪਰ ਮੁਝੇ ਸੀਲਤਾ ਖੜੀ ਹੋਈ ਕਿੰਨਰ ਹੈ। ਰਾਜਾ ਲੋਕ ਕਿਸੀ ਪੇ ਵਿਸ਼ਵਾਸ ਨਹੀਂ ਕਰਦੇ, ਆਖਿਰ ਉਹ ਕਿੰਨਰੋ ਕੋ ਆਪਣਾ ਬੋਡੀ ਗਾਰਡ ਬਣਾ ਕੇ ਰੱਖਾ। ਆਈਏ ਜੀ ਖੜੀਏ ਜਗ੍ਹਾ ਨਾ ਬੇਸ ਪੁਆਇੰਟ ਹੈ। ਲਓ ਜੀ ਰਾਜਾ ਲੋਕ ਸਿਰਫ ਕਿੰਨਰਾਂ ਨੂੰ ਆਪਣਾ ਬੋਡੀ ਗਾਰਡ ਬਣਾ ਕੇ ਰੱਖਦੇ ਸੀ। ਇਹ ਵੀ ਸ਼ਾਹਜਹਾਂ ਦੀ ਦੂਸਰੀ ਬੇਟੀ ਜਹਾਨਾਰਾ ਦਾ ਮਹਿਲ ਹੈ, ਉਹਦੇ ਲਈ ਬੈਡਰੂਮ ਬਣਾਇਆ ਗਿਆ, ਡੋਲੀ ਟਾਈਪ ਬਣਾਏ ਜਾਂਦੇ ਸੀ ਉਸ ਟਾਈਮ, ਜੋ ਡੋਟਰਸ ਹੁੰਦੀਆਂ ਸੀ ਰਾਜਿਆਂ ਦੀਆਂ ਡੋਲੀ ਟਾਈਪ ਉਹਨਾਂ ਦੇ ਮਤਲਬ ਬਣਾਏ ਜਾਂਦੇ ਸੀ ਜੋ ਵੀ ਲੋਕ ਸੀ। ਸਾਜਾ ਕੋ ਸਰ ਯਹਾਂ ਸੇ ਕਹੀਂ ਜਾਣੇ ਕਾ ਪਰਮਿਸ਼ਨ ਨਹੀਂ ਥਾ, ਇਸੀ ਖਿੜਕੀ ਸੇ ਬੈਠ ਕੇ ਅਪਨੀ ਮੁਮਤਾਜ਼ ਕੋ ਯਾਦ ਕਰਦੇ ਥੇ। ਯੇ ਜਗ੍ਹਾ ਸਭ ਰੇਡੀਅਮਸ ਹੈ ਨਾ, ਇਨਕੋ ਲੋਕਲ ਲੋਕੋ ਨੇ ਨੈਟ ਨਿਕਾਲ ਦਿਆ ਰੇਡੀਅਮਸ ਕੋ, ਇਸੇ ਬੰਦ ਕਰ ਦਿਆ, ਇਸਕੇ ਦੇਸ਼ ਮੇਂ ਗੁਲਾਬ ਪਾਣੀ ਕਾ ਕਸਮ ਦੀ ਹੈ। ਸਾਜਾ ਯਹੀ ਸੇ ਬੈਠ ਕੇ ਦੇਖਤੇ ਹੋਏ ਯਹੀ ਬੋਲਦੇ, ਮੈਂ ਕਹਾ ਉਸਕੀ ਜੋ ਬੇਟੀ ਦੀ ਜਹਾਰਾ ਅਪਨੇ ਸਾਜਾ ਕੋ ਬੈਠ ਕੇ ਦੇਖਤੇ ਹੈ। ਲੋ ਜੀ ਇਹ ਹੈਗੀ ਉਹ ਜਗ੍ਹਾ ਜਿੱਥੇ ਸ਼ਾਹਜਹਾਂ ਨੂੰ ਕੈਦ ਕਰਕੇ ਰੱਖਿਆ ਗਿਆ ਸੀ, ਔਰ ਜਦੋਂ ਸ਼ਾਹਜਹਾਂ ਨੂੰ ਇੱਥੇ ਕੈਦ ਕੀਤਾ ਗਿਆ ਸੀ ਤਾਂ ਉਹ ਇਸ ਬਾਲਕੋਨੀ ਦੇ ਵਿੱਚ ਦੀ ਹੀ ਮਤਲਬ ਆਪਣੇ ਤਾਜ ਮਹਿਲ ਦੇਖਦੇ ਸੀ ਅਤੇ ਆਪਣੀ ਮੁਮਤਾਜ਼ ਨੂੰ ਯਾਦ ਕਰਦੇ ਸੀ। ਐਡੀ ਬੜੀ ਜੇਲ੍ਹ, ਇੰਨੀ ਆਲੀਸ਼ਾਨ ਜੇਲ੍ਹ 'ਚ ਰੱਖਿਆ ਗਿਆ ਸੀ ਉਹਨੂੰ। ਲਓ ਜੀ ਇਹ ਜਗ੍ਹਾ ਹੈਗੀ ਹੈ ਜਮੁਨਾ ਦੇ ਵਿੱਚ ਉਤਰਨ ਦਾ ਰਸਤਾ, ਇੱਥੋਂ ਦੇ ਰਾਹੀਂ ਸ਼ਾਹਜਹਾਂ ਜਾਂ ਉਹਨਾਂ ਦੀ ਸੈਨਾ ਸੀ ਜੋ ਜਮੁਨਾ ਦੇ ਵਿੱਚ ਉਤਰਦੀ ਸੀ। ਉਸ ਤੋਂ ਬਾਅਦ ਚੱਲਦੇ ਆਪਾਂ ਉੱਪਰ ਵੱਲ ਨੂੰ, ਯਾਰ ਉਹ ਤਾਂ ਖੋਏ ਜਾਂਦੇ ਹੋਣਗੇ ਉਰੇ ਹੈ ਨਾ, ਚੰਗੇ ਉਹਨਾਂ ਨੂੰ ਆਪਦੇ ਕਮਰੇ ਲੱਭ ਜਾਂਦੇ ਸੀਗੇ। ਏਡਾ ਮਹਿਲ, ਜਿਸ ਟਾਈਮ ਇਹ ਮਹਿਲ ਬਣਾਇਆ ਸੀ ਉਸ ਟਾਈਮ ਇਹਦੇ ਤੇ ਜੋ ਖਰਚਾ ਆਇਆ ਸੀ 35 ਲੱਖ ਰੁਪਏ ਦਾ ਆਇਆ ਸੀ। ਇਹ ਹੈ ਮੀਨਾ ਮਸਜਿਦ, ਲਓ ਜੀ ਇਹ ਹੈਗਾ ਮੀਨਾ ਬਾਜ਼ਾਰ। ਇੱਥੇ ਮਤਲਬ ਸਾਰੀਆਂ ਸਟਾਲ ਵਗੈਰਾ ਲੱਗਦੀਆਂ ਸੀਗੀਆਂ, ਕਿਉਂਕਿ ਰਾਣੀਆਂ ਨੂੰ ਬਾਹਰ ਜਾਣ ਦੀ ਤਾਂ ਇਜਾਜ਼ਤ ਨਹੀਂ ਸੀਗੀ, ਜੋ ਖਰੀਦਣਾ ਸੀ ਉਹਨਾਂ ਦੇ ਦਾਸੀਆਂ ਨੇ ਜਾਂ ਜੋ ਵੀ ਇੱਥੋਂ ਖਰੀਦਦੇ ਸੀ। ਇਹ ਹੈ ਦੀਵਾਨੇ ਖਾਸ, ਦੀਵਾਨੇ ਖਾਸ ਕਾ ਬੋਰਡ ਕਾ ਫੋਟੋ ਲਿਓ ਪਹਿਲੇ ਲੈ ਲਿਆ। ਦੀਵਾਨੇ ਖਾਸ ਮਨੇ ਖਾਸ ਲੋਕਾਂ ਕਾ ਮੀਟਿੰਗ, ਗਰਮੀਆਂ ਮੇ ਮੈਡਮ ਅੰਦਰ ਮੀਟਿੰਗ ਥਾ, ਸਰਦੀ ਮੇ ਬਾਹਰ ਮੀਟਿੰਗ। ਇਹ ਰਾਜਾ ਕਾ ਸਿੰਘਾਸਨ ਹੈ, ਇਹ ਮੂਰਤੀ ਕਾ ਸੀਟ ਹੈ, ਯਹਾਂ ਰਾਜਾ ਉਨਕੇ ਪਾਸ ਲੋਕ ਬੈਠਤੇ ਥੇ। ਸਿੰਘਾਸਨ ਸਰ ਇਹ ਟੂਟਾ ਹੈ ਕਿਉਂਕਿ ਅੰਗਰੇਜ਼ੋ ਨੇ 1830 ਮੇ ਤੋਪ ਤੋਂ ਗੋਲਾ ਛੋੜਾ ਮੈਡਮ, ਇਸਕੇ ਸਿੰਘਾਸਨ ਮੇ ਜਗ੍ਹਾ ਯਹਾਂ ਸੇ ਟੂਟਾ ਪੱਥਰ ਹੈ।
ਇਹ ਮੰਤਰੀ ਦਾ ਸੀਟ ਹੈ, ਉਹ ਰਾਜਾ ਦਾ ਸੀਟ ਹੈ, ਇਸਕੋ ਰਾਜ ਸਭਾ ਕਹਤੇ ਹੈ। ਓਕੇ, ਸਰਦੀਆਂ ਦੇ ਵਿੱਚ ਉਰੇ ਲੱਗ ਗਈ ਸੀ, ਗਰਮੀ ਦੇ ਅੰਦਰ ਸਰਦੀਆਂ ਵੀ ਬਾਹਰ। ਇਹ ਰਾਜਾ ਦਾ ਸਿੰਘਾਸਨ ਹੈ, ਟੂਟਾ ਹੈ ਕਿਉਂਕਿ ਅੰਗਰੇਜ਼ਾਂ ਨੇ ਮਤਲਬ 1803 ਮੇਂ ਤੋਪਾ ਬੋਲਾ ਛੋੜਾ, ਇਸ ਪੇ ਗਿਰਾਇਆ ਯਹਾਂ ਸੇ ਵੋ ਟੂਟਾ ਪਾ। ਵਹਾਂ ਸੇ ਗਏ ਥੇ ਤੋ ਜਾਂਗੇ ਨੇ ਇਸਕੋ ਬੈਲਜੀਅਮ ਸਮਾਇਆ। ਲਓ ਜੀ, ਇਹ ਹੈਗਾ ਰਾਜਾ ਦਾ ਸਿੰਘਾਸਨ। ਦੀਵਾਨੇ ਖਾਸ ਕੋ ਰਾਜ ਸਭਾ ਕਹਤੇ ਹੈ, ਦੀਵਾਨੇ ਆਮ ਕੋ ਲੋਕ ਸਭਾ, ਜਬ ਵੀ ਹਮ ਆਪਕੋ ਲੇ ਜਾਏਂਗੇ ਇਸ ਬ੍ਰੇਕ ਕੇ ਬਾਅਦ। ਓਕੇ, ਠੀਕ ਹੈ। ਇਹ ਹੈਗਾ ਰਾਜਾ ਦਾ ਸਿੰਘਾਸਨ, ਤੇ ਅੰਗਰੇਜ਼ਾਂ ਨੇ ਜਦੋਂ ਇੱਥੇ ਗੋਲਾ ਸਿੱਟ ਕੇ ਹਮਲਾ ਕਰਤਾ ਸੀ ਤਾਂ ਉਹ ਗੋਲਾ ਉੱਥੋਂ ਦੀ ਪਾਰ ਲੰਘ ਗਿਆ ਸੀਗਾ। ਇਹ ਵਾਲਾ ਮਹਿਲ ਜੀ 1635 ਦੇ ਵਿੱਚ ਸ਼ਾਹਜਹਾਂ ਨੇ ਬਣਾਇਆ ਸੀ। ਇਹਦੇ ਵਿੱਚ ਦੋ ਬੜੇ ਕਕਸ਼ ਨੇ, ਇੱਕ ਖੱਬੇਦਾਰ ਕਕਸ਼ ਹੈ ਬਾਹਰ ਹੈ, ਔਰ ਇੱਕ ਵਿੱਤਰ ਕਕਸ਼ ਮਤਲਬ ਅੰਦਰ ਹੈ। ਲਓ ਜੀ, ਇੱਥੋਂ ਤਾਜ ਦੇਖਣ ਤੇ ਕਹਿੰਦੇ ਛੋਟਾ ਲੱਗਦਾ ਆ, ਤੇ ਜਿੱਦਾਂ ਜਿੱਦਾਂ ਆਪਾਂ ਪਿੱਛੇ ਹੁੰਦੇ ਜਾਵਾਂਗੇ ਤਾਜ ਵੱਡਾ ਲੱਗਦਾ ਜਾਣਾ। ਮੈਡਮ, ਆਰ ਬੀ ਆਈ ਦਾ, ਮੁਗਲ ਦਾ ਸ਼ਾਹੀ ਖਜ਼ਾਨਾ ਥਾ, ਯਹਾਂ ਪਰ ਸੋਨੇ ਚਾਂਦੀ ਕੇ ਸਿੱਕੇ ਬਣਦੇ ਥੇ ਜੋ ਮਾਰਕੀਟ ਮੇਂ ਚਲਦੇ। ਇਹ ਮੁਗਲਾਂ ਦਾ ਜੀ ਸ਼ਾਹੀ ਖਜ਼ਾਨਾ ਸੀਗਾ, ਇੱਥੇ ਸੋਨੇ ਚਾਂਦੀ ਦੇ ਸਿੱਕੇ ਬਣਦੇ ਸੀਗੇ ਜਿਹੜੇ ਮਾਰਕੀਟ ਦੇ ਵਿੱਚ ਜਾਂਦੇ ਸੀ, ਮਤਲਬ ਉਸ ਟਾਈਮ ਦਾ ਆਰ ਬੀ ਆਈ ਸੀ ਇਹ। ਜਿੱਦਾਂ ਹੁਣ ਆਪਣੇ ਆਰ ਬੀ ਆਈ ਅੰਦਰ ਆ ਸਾਰੀ ਮਨੀ ਬਣਾਉਣਾ ਉਸ ਤਰ੍ਹਾਂ। ਜ਼ਮੀਂਦਾਰ ਬਹਿੰਦੇ ਸੀ ਇੱਥੇ ਹੈ, ਜਿਹੜੇ ਆਪਦਾ ਵਿਆਜ ਵਿਊ ਤੇ ਆੜਤੀ ਹੈ। ਹਾਂ ਹਾਂ, ਇਹ ਟੈਕਸ ਡਿਪਾਰਟਮੈਂਟ ਸੀ। ਲਓ ਜੀ, ਜਦੋਂ ਆਪਾਂ ਉੱਥੋਂ ਤਾਜ ਨੂੰ ਦੇਖ ਰਹੇ ਸੀਗੇ ਤਾਂ ਛੋਟਾ ਸੀ, ਹੁਣ ਇਹ ਤੋਂ ਕਾਫੀ ਵੱਡਾ ਲੱਗ ਰਿਹਾ। ਨਜ਼ਰੋਂ ਕਾ ਧੋਖਾ। ਲਓ ਜੀ, ਸਾਹਮਣੇ ਮਸਜਿਦ ਬਣੀ ਹੋਈ ਹੈ, ਨਗੀਨਾ ਮਸਜਿਦ। ਇਹ ਕਿਉਂ ਬਣਾਈ ਸੀ ਉਹਨਾਂ ਨੇ? ਲਓ ਜੀ, ਇਹ ਹੈ ਨਗੀਨਾ ਮਸਜਿਦ, ਮਤਲਬ ਸ਼ਾਹਜਹਾਂ ਦੀਆਂ ਜਿੰਨੀਆਂ ਮਤਲਬ ਬਾਕੀ ਵੀ ਆਈ ਪੀ ਲੇਡੀਜ਼ ਸੀਗੀਆਂ ਜਿਹੜੀਆਂ, ਉਹ ਸਾਰੀਆਂ ਮੁਸਲਿਮ ਸੀ, ਇੱਕ ਹਿੰਦੂ ਸੀ, ਉਹਦੇ ਲਈ ਨੀਚੇ ਉਹਨਾਂ ਨੇ ਮੰਦਰ ਬਣਵਾਇਆ ਸੀ, ਤੇ ਜੋ ਮੁਸਲਿਮ ਸੀ ਉਹਨਾਂ ਲਈ ਉਰੇ ਮਸਜਿਦ ਬਣਾਈ ਸੀ ਜਿੱਥੇ ਉਹ ਆਪਣਾ ਪੂਜਾ ਪਾਠ ਕਰਦੀਆਂ ਸੀ। ਇੱਕ ਇਹ ਚੀਜ਼ ਬਣੀ ਹੋਈ ਹੈ, ਸਾਰੇ ਜਿੰਨੇ ਮਹਿਲ ਇੱਥੇ ਬਣਾਏ ਹੋਏ ਨੇ ਉਹਨਾਂ ਦੇ ਵਿੱਚ ਇਹ 'ਚ ਪਾਣੀ ਛੱਡ ਕੇ ਗੁਲਾਬ ਦੀਆਂ ਪੱਤੀਆਂ ਪਾਈਆਂ ਜਾਂਦੀਆਂ ਸੀ ਤਾਂ ਕਿ ਮਹਿਕਦਾ ਰਹੇ ਸਾਰਾ ਮਹਿਲ। ਇਹ ਲਿਖਿਆ ਹੋਇਆ ਸਾਰਾ ਇਤਿਹਾਸ ਨਗੀਨਾ ਮਸਜਿਦ ਦਾ, ਇਹ ਵੀ 1635 ਦੇ ਵਿੱਚ ਬਣਾਈ ਗਈ ਸੀ, ਅਤੇ ਇੱਕ ਨਿੱਜੀ ਮਸਜਿਦ ਸੀਗੀ ਜਿੱਥੇ ਸ਼ਾਹਜਹਾਂ ਨੇ ਬਣਵਾਈ ਸੀ 1635 ਦੇ ਵਿੱਚ। ਸਾਰੇ ਅੱਗੇ ਚਲੇ ਗਏ, ਆਪਾਂ ਉਹਦੇ ਪਿੱਛੇ। ਚਲੋ, ਮੈਂ ਇੰਦਰਜੀਤ ਨੂੰ ਕਹਿ ਰਹੀ ਹਾਂ ਕਿ ਤੂੰ ਵੀ ਬਣਵਾ ਦੇ ਮੇਰੇ ਲਈ ਏਡਾ ਬੜਾ ਮਹਿਲ ਘੁੰਮ ਘੁੰਮਈਏ। ਇੰਦਰਜੀਤ ਕਹਿੰਦਾ ਸਾਰਾ ਸੰਗੋਲ ਵੇਚ ਕੇ ਵੀ ਨਹੀਂ ਬਣਨਾ ਹੈਗਾ, ਤਿੰਨ ਚਾਰ ਪਿੰਡ ਵੇਚ ਕੇ ਵੀ ਨਹੀਂ ਪੂਰਾ ਆਉਣਾ ਭਰਾਵਾ। ਲਓ ਜੀ, ਇੱਥੇ ਲੱਗਦੀ ਸੀ ਰਾਜਾ ਦੀ ਕਚਹਿਰੀ, ਇੱਥੇ ਬਹਿੰਦੇ ਸੀ ਰਾਜਾ ਜੀ ਆਪ, ਤੇ ਇਹ ਸਾਰਾ ਇੱਥੇ ਮਤਲਬ ਸਾਰੀ ਕਚਹਿਰੀ ਲੱਗਦੀ ਸੀ। ਕੀ ਹੈ ਇੱਥੇ ਕਚਹਿਰੀ ਲੱਗਦੀ ਸੀ? ਦੀਵਾਨ